ਸ਼ਰੀਅਤ ਨਾਲ ਸਲਾਮ ਤੇ ਤਰੀਕਤ ਵਿੱਚ ਪੇਸ਼ ਕੀ ਜਾਏ ਮਦਦ। ਅੱਜ ਦੀ ਵੀਡੀਓ 'ਚ ਤਮਾਮ ਸੱਚੇ ਆਸ਼ਿਕ ਜਿਨ੍ਹਾਂ ਵਿੱਚ ਸੁਭਾਨਲਾ, ਹੀਰ ਰਾਂਝਾ, ਲੈਲਾ ਮਜਨੂੰ, ਸੋਹਣੀ ਮਹੀਵਾਲ, ਸੱਸੀ ਪੁੰਨੂ, ਹੋਰ ਰੋਮੀਓ ਜੂਲੀਅਟ, ਹੋਰ ਵੀ ਕਈ ਸੱਚੇ ਆਸ਼ਿਕ ਮੌਜੂਦ ਜਿਨ੍ਹਾਂ ਦੇ ਨਾਮ ਹੁਣ ਨਹੀਂ ਪਤਾ ਹੈਗਾ। ਇਹਨਾਂ ਦੇ ਨਾਲ ਇਸ਼ਕ ਨੇ, ਇਹਨਾਂ ਆਸ਼ਿਕਾਂ ਦੇ ਨਾਲ ਇਸ਼ਕ ਨੇ ਕੀ ਸਲੂਕ ਕੀਤਾ, ਉਹਨਾਂ ਬਾਰੇ 'ਚ ਤੁਹਾਨੂੰ ਦੱਸਾਂਗੇ। ਯਾਇਲੀ ਮਦਦ, ਇਸ ਇਸ਼ਕ ਦਾ ਖੇਲ ਅਨੋਖਾ ਹੈ, ਇਸ ਨਾ ਇਸ਼ਕ ਦਾ ਖੇਲ ਅਨੋਖਾ ਹੈ, ਇਹ ਵੱਖਰੇ ਭੇਸ ਵਟਾਉਂਦਾ ਏ, ਪਹਿਲੋਂ ਹੱਸ ਹੱਸ ਅੱਖੀਆਂ ਲਾਉਂਦਾ ਏ, ਫਿਰ ਸੱਚੀ, ਫਿਰ ਰੋਣਾ ਉਮਰਾਂ ਦਾ ਗੱਲ ਪਾਉਂਦਾ। ਹੱਥ ਦੇ ਕੇ ਕਾਸਾ ਮਜਨੂੰ ਨੂੰ, ਕਦੀ ਜੰਗਲਾਂ ਵਿੱਚ ਰੁਲਾਉਂਦਾ ਏ, ਉਹ ਕਦੀ ਕੰਨ ਪੜਵਾ ਕੇ ਰਾਂਝੇ ਦੇ, ਫਿਰ ਜੋਗੀ ਨਾਮ ਰਖਾਉਂਦਾ। ਡੋਲੀ ਪਾ ਕੇ ਹੀਰ ਨੂੰ ਖੇੜਿਆਂ ਦੀ, ਡੋਲੀ ਪਾ ਕੇ ਹੀਰ ਨੂੰ ਖੇੜਿਆਂ ਦੀ, ਫਿਰ ਹੱਥੀ ਜ਼ਹਿਰ ਪਿਲਾਉਂਦਾ ਏ, ਉਹ ਕੱਚੇ ਘੜੇ ਉੱਤੇ ਸੋਹਣੀ ਨੂੰ ਵੀ ਉਤਰਨਾ ਆਪ ਸਿਖਾਉਂਦਾ। ਮਾਰੂ ਥਲ ਵਿੱਚ, ਮਾਰੂ ਥਲ ਵਿੱਚ ਸੱਸੀ ਦੇ ਇਹ ਸਿੱਧਕ ਯਕੀਨ ਅਜ਼ਮਾਉਂਦਾ ਏ, ਉਹ ਬੁੱਲੇ ਸ਼ਾਹ ਨੂੰ, ਸੁਭਾਨਲਾ, ਬੁੱਲੇ ਸ਼ਾਹ ਨੂੰ ਘੁੰਗਰੂ ਪਾ ਕੇ ਸਰੇ ਬਾਜ਼ਾਰ ਨਚਾਉਂਦਾ। ਖੁਦ ਇਸ਼ਕ, ਇਸ਼ਕ ਖੁਦ ਅਨਲ ਹੱਕ ਦਾ ਨਾਰਾ ਲਾ ਕੇ ਸੂਲੀ ਮਨਸੂਰ ਚੜਾਉਂਦਾ ਏ, ਸਦਾ ਸਦਾ ਅੱਗ ਹਡਾਂ ਦੀ ਬਾਲ ਕੇ ਤੇ ਪੁੰਨ ਮਾਸ ਇਹ ਖਾਂਦਾ ਏ, ਦੋ ਨੈਣ ਮਿਲਾ ਕੇ, ਕੇ ਦੋ ਨੈਣ ਮਿਲਾ ਕੇ, ਦੋ ਨੈਣ ਮਿਲਾ ਕੇ ਲੁੱਟ ਲੈਂਦਾ ਵਾਂਗੂ ਬਾਜ਼ਾਂ ਝੁਗੜੀ ਬਣਾਉਂਦਾ ਏ, ਕਿਤੇ ਕੱਲਿਆਂ ਬੈਠ ਕੇ ਉਮਰ ਸਾਰੀ, ਕਿਤੇ ਕੱਲਿਆਂ ਬੈਠ ਕੇ ਉਮਰ ਸਾਰੀ, ਬਸ ਯਾਰ ਹੀ ਯਾਰ ਅਲਾਉਂਦਾ। ਇਹ ਵੇਖ ਕੇ ਇਹ ਇਸ਼ਕ, ਇਹ ਵੇਖ ਕੇ ਸਭ ਕੁਝ ਹੱਸਦਾ, ਇਹ ਵੇਖ ਕੇ ਆਸ਼ਿਕਾਂ ਦਾ ਹਾਲ ਵੇਖ ਕੇ, ਇਹ ਵੇਖ ਕੇ ਸਭ ਕੁਝ ਹੱਸਦਾ ਏ, ਰੂਬੀ ਜ਼ਰਾ ਜ਼ਰਾ ਤਰਸ ਨਾ ਖਾਂਦਾ।